ਪਰਵਸਰ ਦੇ ਨਾਲ ਹੁਸ਼ਿਆਰਪੁਰ ਦੇ ਵਿੱਚ ਇੱਕ ਕੁੜੀ ਨੂੰ ਅਗਵਾ ਕੀਤੇ ਜਾਣ ਦੇ ਨਾਲ ਸਨਸਨੀ ਫੈਲ ਗਈ ਘਰ ਦੇ ਬਾਹਰੋਂ ਹੀ 20 ਬਰਿਆਂ ਦੀ ਕੁੜੀ ਨੂੰ ਅਗਵਾ ਕਰ ਲਿਆ ਗਿਆ ਮਾਂ ਦੇ ਮੁਤਾਬਕ ਘਰ ਦੇ ਗੇਟ ਤੋਂ ਹੀ ਉਸਦੀ ਧੀ ਨੂੰ ਕਿਡਨਾਪ ਕੀਤਾ ਗਿਆ ਸਵਾਕ ਹੀ ਇੱਕ ਵਾਰ ਫਿਰ ਤੋਂ ਕਾਨੂੰਨ ਵਿਵਸਥਾ ਜੋ ਹੈ ਉਸ ਸਵਾਲਾਂ ਦੇ ਵਿੱਚ ਕਿੱਦੀ ਹੋਈ ਨਜ਼ਰ ਆ ਕਿਉਂਕਿ ਜਿਸ ਹਿਸਾਬ ਦੇ ਨਾਲ ਬਦਮਾਸ਼ ਬੇਖੌਫ ਹੋ ਚੁੱਕੇ ਨੇ ਤੇ ਮਾਮਲਾ ਇੱਥੇ ਤੱਕ ਪਹੁੰਚ ਗਿਆ ਕਿ ਹੁਣ ਘਰ ਦੇ ਵਿੱਚ ਵੀ ਲੋਕ ਮਹਿਫੂਜ਼ ਨਹੀਂ ਪੁਲਿਸ ਨੇ ਮਿਲੀ ਸ਼ਿਕਾਇਤ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਕਰੀਬਨ 20 ਸਾਲ ਦੀ ਕੁੜੀ ਨੂੰ ਅਗਵਾ ਕਰ ਲਿਆ ਗਿਆ ਹੈ ਘਰ ਦੇ ਬਾਹਰੋਂ ਹੀ ਹੁਸ਼ਿਆਰਪੁਰ ਦਾ ਇਹ ਮਾਮਲਾ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਕੁੜੀ ਨੂੰ ਅਗਵਾ ਕੀਤੇ ਜਾਣ ਦੇ ਨਾਲ ਇਲਾਕੇ 'ਚ ਵੀ ਸਨਸਨੀ ਫੈਲ ਗਈ ਹੈ ਲੋਕਾਂਾਂ ਦੇ ਵਿੱਚ ਦੁਬੱਕੇ ਰਹਿਣ ਨੂੰ ਮਜਬੂਰ ਨੇ ਘਰ ਦੇ ਬਾਹਰੋਂ ਹੀ 20 ਵਰਿਆਂ ਦੀ ਕੁੜੀ ਨੂੰ ਅਗਵਾ ਕਰ ਲਿਆ ਗਿਆ ਹੈ ਮਾਂ ਦੇ ਮੁਤਾਬਕ ਘਰ ਦੇ ਗੇਟ ਤੋਂ ਹੀ ਉਸਦੀ ਧੀ ਨੂੰ ਕਿਡਨੈਪ ਕੀਤਾ ਗਿਆ ਪੁਲਿਸ ਨੇ ਮਿਲੇ ਸ਼ਿਕਾਇਤ ਤੇ ਹੁਣ ਮਾਮਲੇ ਦੇ ਵਿੱਚ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਪਰ ਵਾਕਈ ਹੀ ਸਵਾਲ ਨੇ ਕਿ ਕਾਨੂੰਨ ਦਾ ਉੱਕਾ ਹੀ ਖੌਫ ਨਜ਼ਰ ਨਹੀਂ ਆਉਂਦਾ ਜਿਸ ਦੇ ਹਿਸਾਬ ਨਾਲ ਕਤਲੋਗਾਰਦ ਦੀਆਂ ਘਟਨਾਵਾਂ ਲਗਾਤਾਰ ਵਾਪਰ ਵਾਧੀਆਂ ਜਾਰੀਆਂ ਨੇ ਵਾਰਦਾਤਾਂ 'ਚ ਇਜ਼ਾਫਾ ਦੇਖਣ ਨੂੰ ਮਿਲ ਰਿਹਾ ਹੈ ਕ੍ਰਾਈਮ ਦਾ ਖਰਾਫੇ ਇਸ ਕਦਰ ਵੱਧ ਚੁੱਕਿਆ ਹੈ ਕਿ ਹੁਣ ਘਰ ਦੇ ਬਾਹਰੋਂ ਘਰ ਦੇ ਅੱਗੇੋਂ ਹੀ 20 ਵਰਿਆਂ ਦੀ ਕੁੜੀ ਨੂੰ ਅਗਵਾ ਕਰ ਲਿਆ ਗਿਆ ਹੈ ਸੋ ਮਾਪਿਆਂ ਦਾ ਰੋ ਰੋ ਬੁਰਾ ਹਾਲ ਹੈ ਕਿਉਂਕਿ ਲਾਜ਼ਮੀ ਹੈ ਸਮਝਿਆ ਜਾ ਸਕਦਾ ਹੈ ਘਰ ਦੇ ਬਾਹਰੋਂ ਹੀ 20 ਵਰਿਆਂ ਦੀ ਕੁੜੀ ਨੂੰ ਕਿੰਜ ਅਗਵਾ ਕੀਤਾ ਗਿਆ ਪੁਲਿਸ ਹੁਣ ਜਾਂਚ 'ਚ ਰੁੱਤੀ ਹੈ ਅਰਦਾ ਕੀ ਹੋਈ ਆ ਕੁੜੀ ਕਿਨੈਪ ਕਰਕੇ ਲੱਗੇ ਗਿਆ ਕੋਈ ਹਾਂਜੀ ਛੋਟੀ ਬੱਚੀ ਨੇ ਦੇਖਿਆ ਉਹ ਕਹਿੰਦੇ ਵੇ ਲੰਬਾ ਜਿਹਾ ਬੰਦਾ ਵਾ ਗਿਆਨੀ ਆ ਸਰਦਾਰ ਹਾਂ ਕੋਈ ਕੱਪੜੇ ਕੋਪੜੇ ਤੇ ਪਾਇਆ ਕੋਈ ਨੱਕ ਤੇ ਕਿਤਾਬ ਹੋ ਜੋ ਚੱਕ ਕੇ ਲੈ ਗਿਆ ਕੁੜੀ ਪੜਦੀ ਆ ਹਾਂਜੀ ਆਈਡਿਟ ਕਰਕੇ ਉਹ ਪੇਪਰ ਪਾਇਆ ਆਈਡਿਟ ਦਾ ਠੀਕ ਆ ਜੀ ਉਮਰ ਕਿੰਨੀ ਆ ਉਮਰ 30 ਕਿ ਹੈਗੀ 20 ਕਿ ਰਾਤੀ 7:30 ਕ ਨੂੰ 9 ਵਜੇ ਗੇਟ ਖੜਕ ਕੇ ਆ ਮਾੜਾ ਜਿਹਾ ਅਸੀਂ ਤਿੰਨੇ ਪਈਆਂ ਸੀ ਮਾਵਾ ਤੀਆਂ ਉੱਠ ਕੇ ਆ ਗਏ ਕਹਿੰਦੀ ਮੈਂ ਗੇਟ ਖੋਲਦੀ ਆ ਓ ਮੇਰੀ ਬੇਟੀ ਇਹ ਕਿੱਥੋਂ ਪੜਦੇ ਜੋ ਲਾਪੇ ਦੇਖਣ ਕਹਿੰਦੀ ਮੰਮੀ ਕੋਈ ਸਰਦਾਰ ਜਿਹਾ ਭਾਈ ਆ ਬਾਹਰ ਮੈਂ ਨਾਲੇ ਹੀ ਆ ਗਈ ਮੈਨੂੰ 4 ਮਿੰਟ ਦਾ ਹੀ ਫਰਕ ਪਿਆ ਮੈਂ ਇਧਰ ਨੂੰ ਦੇਖਣ ਚਲ ਗਈ ਮੈਂ ਕਿਹਾ ਤਾਈ ਦੇ ਵੜ ਗਈ ਦੌੜ ਕੇ ਜਾਂ ਮੈਂ ਗਾਹਾਂ ਗਈ ਉਹਦੀਆਂ ਚਪਲਾਂ ਖੁੱਲੀਆਂ ਪਈਆਂ ਸੀਗੀਆਂ ਇੱਕ ਅੱਗੇ ਪਈ ਸੀ ਥੋੜੀ ਜਿਹੀ ਇੱਕ ਪਿੱਛੇ ਪਈ ਸੀ ਮੈਂ ਨਾਲੇ ਹੀ ਰੋਲਾ ਪਾਤਾ ਪਤਾ ਨਹੀਂ ਕੋਣ ਲੈ ਗਿਆ ਉਹ ਬਾਰੇ ਦੱਸਦੇ ਆ ਸਾਰੇ ਪੰਜ ਜਣੇ ਜਿਹੜੇ ਬੈਠੇ ਸੀ ਗੱਡੀ 'ਚ ਬਹੁਤ ਫਾਸਟ ਗੱਡੀ ਗਈ ਆ ਗੱਡੀ ਕਿਹੜੀ ਸੀ ਕੁਛ ਲੱਗਿਆ ਪਤਾ ਗੱਡੀ ਕੋਈ ਕਾਲੀ ਗੱਡੀ ਕੋਈ ਦੱਸਦਾ ਮੈਨੂੰ ਇਦਾਂ ਨਹੀਂ ਪਤਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਲੜਕੀ ਜਿਹੜੀ ਆ ਉਹਨੂੰ ਇਦਾਂ ਮਿਸ ਹੋਈ ਆ ਘਰ ਦੇ ਵਿੱਚ ਸੀ ਤੇ ਪੁੰਡਾ ਖੜਕਾਇਆ ਗਿਆ ਜਦੋਂ ਨੇ ਗੇਟ ਖੋਲ੍ਹਿਆ ਤੇ ਘਰੋਂ ਮਿਸ ਹੋ ਗਈ ਉਹਦੇ ਵਿੱਚ ਅਸੀਂ ਮੌਕੇ ਤੇ ਗਏ ਆ ਮੌਕੇ ਤੇ ਜਾ ਕੇ ਘਰਦਿਆਂ ਨਾਲ ਗੱਲਬਾਤ ਕੀਤੀ ਪੁੱਛ ਕੀਤੀ ਤੇ ਜਿਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਕੁਝ ਉਹਦੇ ਡਾਕੂਮੈਂਟਸ ਵੀ ਘਰੋਂ ਜਿਹੜੇ ਮਿਸਿੰਗ ਆ ਹੁਣ ਵੈਰੀਫਾਈ ਕਰਕੇ ਜੋ ਅਗਲੀ ਬੰਦੀ ਕਾਰਵਾਈ ਕਰਦੇ ਸਭ ਕੁ ਲਈ ਇੱਕ ਪਾਸੇ ਕੁੜੀ ਨੂੰ ਆਵਾਜ਼ ਕੀਤਾ ਗਿਆ ਹੈ ਦੂਜੇ ਪਾਸੇ ਦਸਤਾਵੇਜ਼ ਜੋ ਨੇ ਉਹ ਵੀ ਮਿਸਿੰਗ ਦੱਸੇ ਜਾ ਰਹੇ ਨੇ ਪੁਲਿਸ ਪੂਰੀ ਮਾਮਲੇ ਦੀ ਤਫਤੀਸ਼ ਜੁਟੀ ਹੈ ਯੁਗੇਸ਼ ਮੇਰੇ ਸਹਿਯੋਗੀ ਹੋ ਜਾਣਕਾਰੀ ਦੇ ਨਾਲ ਡੁੱਟ ਚੁਕੇ ਨੇ ਦੀ ਉਹ ਗੈਸ਼ਕਿਸਤਰਾ ਦੇਖਿਆ ਜਾਏ ਘਰ ਦੇ ਬਾਹਰੋਂ ਕੁੜੀ ਨੂੰ ਅਗਵਾ ਕਰ ਲਿਆ ਜਾਂਦਾ ਹੈ ਪਰ ਦੂਜੇ ਪਾਸੇ ਪੁਲਿਸ ਕਹਿ ਰਹੀ ਹੈ ਘਰ ਦੇ ਵਿੱਚ ਦਸਤਾਵੇਜ਼ ਜੁਨੇ ਉਹ ਵੀ ਗਾਇਬ ਨੇ ਸੋ ਦੀਪਿਕਾ ਦੀ ਗੱਲ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣਾ ਚਾਹਾਂਗੇ ਕਿ ਦੀਪਿਕਾ ਜਿਹੜੀ اسلامਾਬਾਦ ਤੋਂ ਸ਼ਾਰਪੋਟ ਦੇ ਮਹੱਲਾ اسلامਾਬਾਦ ਤੋਂ ਰਾਤੀ 10:00 ਵਜੇ ਅਗਵਾ ਹੋਣ ਦੀ ਗੱਲ ਉਹਦੇ ਮਾਤਾ ਪਿਤਾ ਵੱਲੋਂ ਕਹੀ ਜਾ ਰਹੀ ਹੈ ਮਾਤਾ ਪਿਤਾ ਵੱਲੋਂ ਸਿੱਧੇ ਤੌਰ ਤੇ ਰੋਗ ਲਗਾਇਆ ਜਾ ਰਿਹਾ ਹੈ ਕਿ ਉਹਨਾਂ ਦੀ ਬੱਚੀ ਨੂੰ ਉਹਨਾਂ ਦੇ ਘਰ ਦੇ ਗੇਟ ਤੋਂ ਅਗਵਾ ਕੀਤਾ ਗਿਆ ਹੈ ਕਾਲੀ ਗਾ ਕਾਲੀ ਕਾਰ ਦਾ ਸ਼ੱਕ ਦਤਾਇਆ ਜਾ ਰਿਹਾ ਹੈ पर दूजे पास जे शी हालातों के जिमें अगवा हुई है उसको लैके पुलिस का जो बयान है वो आ, कुछ होर सामने आ रहा है क्योंकि पुलिस वालों गल कही जा रही है कि उसके घर पासपोर्ट नहीं है या होर दस्तावेज नहीं है सो हर पहलू तो इस वे जांच करती दिखाई दे रही है फिलहाल जे माता पिता वालों आरोप लाया जा रहा है कि उन्होंने जी लड़की है वह घरों अगवा की गई है हम देखना यह है कि इस गुत्थी किमें पुलिस सुलझा है कि यह डैपिंग है या ਕੋਈ ਹੋਰ ਸੋਚੀ ਸਮਝੀ ਸਾਜ਼ਿਸ਼ ਹੈ ਸੋ ਹਲੇ ਤੱਕ ਜਿਹੜੇ ਹਰ ਪਹਿਲੂ ਤੇ ਜਾਂਚ ਕਰਦੀ ਪੁਲਿਸ ਦਾ ਫਿਲਹਾਲ ਇਹੀ ਕਹਿਣਾ ਹੈ ਕਿ ਹਲੇ ਤੱਕ ਜਿਹੜੀਆਂ ਹਨ ਹਰ ਤੱਕ ਤੋਂ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਜਦੋਂ ਇਹ ਗੁੱਥੀ ਸੁਲਝੇਗੀ ਤਾਂ ਹੀ ਦੱਸਿਆ ਜਾ ਸਕਦਾ ਹੈ ਕਿ ਕੀ ਕੰਮਾ ਸੀ ਜੀ ਬਿਲਕੁਲ ਲਯੋਗੇਸ਼ ਇੱਥੇ ਇੱਕ ਛੋਟੀ ਬੱਚੀ ਦਾ ਰੋਲ ਵੀ ਜੋ ਸਾਹਮਣੇ ਆ ਰਿਹਾ ਔਰ ਜਾਂਚ ਦਾ ਵਿਸ਼ਾ ਹੈ ਬਿਹਰਾਲ ਸ਼ੁਕਰੀਆ ਤਮਾਮ ਜਾਣਕਾਰੀ ਦੇ ਲਈ ਸੋ ਬਿਲਕੁਲ ਮਾਂ ਦਾ ਕਹਿਣਾ ਹੈ ਕਿ ਘਰ ਦੇ ਗੇਟ ਤੋਂ ਹੀ ਉਸਦੀ ਤੀਨ ਨੂੰ ਅਗਵਾ ਕਰ ਲਿਆ ਗਿਆ ਔਰ ਦੂਜੇ ਪਾਸੇ ਪੁਲਿਸ ਦੇ ਵੱਲੋਂ ਵੀ ਹਰ ਪਹਿਲੂ ਤੋਂ ਹੁਣ ਤਫਤੀਸ਼ ਕੀਤੀ ਜਾ ਰਹੀ ਹੈ ਸੋ ਵਾਕਈ ਹੀ ਕਾਨੂੰਨ ਵਿਵਸਥਾ ਜੋ ਹੈ ਸਵਾਲਾਂ 'ਚ ਕੇ ਦੀ ਨਜ਼ਰ ਆ ਰਹੀ ਹੈ